ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਫਟੇਰਾ ਦੀ ਜਿਹੜੀ ਕੀ ਝੋਨੇ ਵਿੱਚ ਵਰਤਿਆ ਜਾਣ ਵਾਲਾ ਇੱਕ ਪ੍ਰੋਡਕਟ ਹੈ ਇਸ ਦਾ ਕੀ ਰੇਟ ਹੈ ਇਸ ਨੂੰ ਵਰਤਣਾ ਚਾਹੀਦਾ ਹੈ ਜਾਂ ਨਹੀਂ ਉਹਦੇ ਬਾਰੇ ਗੱਲ ਕਰਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਖੇਤਾਂ ਦੇ ਵਿੱਚ ਕਈ ਪ੍ਰਕਾਰ ਦੇ ਕੀੜੇ ਮਕੌੜੇ ਹੁੰਦੇ ਹਨ ਜਿਵੇਂ ਪੱਤਾ ਲਪੇਟ ਦੀ ਸੁੰਡੀ ਮੁੱਖ ਹੁੰਦੀ ਹੈ ਜਿਹੜਾ ਕਿ ਝੋਨੇ ਨੂੰ ਨੁਕਸਾਨ ਕਰਦੀ ਹੈ ਉਹਨਾਂ ਦੇ ਲਈ ਆਪਾਂ ਸਪਰੇ ਨਹੀਂ ਕਰਦੇ ਇਹਨਾਂ ਦਿਨਾਂ ਵਿੱਚ ਆਪਾਂ ਫਟੇਰਾ ਜਾਂ ਵਟਾਕੋ ਦੀ ਬਰਤੋ ਕਰਦੇ ਹਨ ਜਾਂ ਕਿਲਡ ਹੁੰਦੀ ਪਰ ਮੇਰਾ ਮੰਨਣਾ ਹੈ ਕਿ ਜੇਕਰ ਫਟੇਰਾ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ক্লোਰੋਨਾਈਜ਼ ਦਾ ਕੋਈ ਸੌਲਟ ਹੁੰਦਾ ਹੈ 0.4% ਜਿਹੜਾ ਕਿ ਕੋਰਾ ਜਿੰਨ ਦੇ ਵਿੱਚ ਵੀ ਹੁੰਦਾ ਹੈ ਜੇਕਰ ਇਸ ਪ੍ਰੋਡਕਟ ਦੀ ਗੱਲ ਕੀਤੀ ਜਾਵੇ ਜਾਂ ਕੋਈ ਵੀ ਹੋਰ ਪ੍ਰੋਡਕਟ ਹੋਵੇ ਇਹਨਾਂ ਦਿਨਾਂ ਵਿੱਚ ਆਪਾਂ ਨੂੰ ਵਰਤਣਾ ਹੋਵੇ ਤਾਂ 35 ਤੋਂ 40 ਦਿਨ ਦੇ ਝੋਨੇ ਵਿੱਚ ਜਾਂ ਆਖਰੀ ਖਾਦ ਵਿੱਚ ਵਰਤ ਦੇਣਾ ਚਾਹੀਦਾ ਹੈ ਤੇ 20 ਦਿਨਾਂ ਦਾ ਇਸ ਦਾ ਰਿਜ਼ਲਟ ਵਧੀਆ ਰਹ ਜਾਂਦਾ ਕਿਉਂਕਿ ਇਹ ਜੜਾ ਰਹੀ ਅਸਰ ਕਰਦਾ ਹੈ ਜੁੱਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਜੂਰੀਆ ਖਾਦ ਵਿੱਚਰ ਲਾ ਕੇ ਜਾਂ ਰੇਤ ਵਿੱਚਰ ਲਾ ਕੇ ਖੇਤ ਵਿੱਚ ਸਿੱਟਾ ਦੇ ਦੇਣਾ ਚਾਹੀਦਾ ਹੈ ਇਹ ਪੱਤਾ ਲਪੇਟ ਜਾਂ ਹੋਰ ਕਈ ਪ੍ਰਕਾਰ ਦੀ ਜਿਵੇਂ ਕਿ ਸੁੰਡੀਆਂ ਆਉਂਦੀਆਂ ਹਨ ਉਹਨਾਂ ਤੋਂ ਰੋਕத் ਥੰਮ ਕਰਦਾ ਹੈ ਇਹ ਕੋਈ ਵੀ ਫਟਾਰਾ ਨਹੀਂ ਕਰਦਾ ਫਟਾਰਾ ਸਿਰਫ ਜੇਕਰ ਆਪਾਂ ਜੂਰੀਆ ਵਿੱਚਰ ਲਾ ਕੇ ਸਿੱਟਾ ਦਿੰਨੇ ਹਾਂ ਉਸ ਦੇ ਨਾਲ ਹੀ ਕਰਦਾ ਹੈ ਦੁਕਾਨਦਾਰ ਆਪਾਂ ਨੂੰ ਵੇਚਣ ਮਾਰੇ ਕਈ ਪ੍ਰਕਾਰ ਦੇ ਇਸ ਦੇ ਪ੍ਰੋਡਕਟ ਦੀ ਇੱਕ ਦੱਸਦੇ ਹਨ ਕਿ ਇਹਦੇ ਆ ਰਿਜ਼ਲਟ ਹਨ ਪਰ ਮੇਰਾ ਮੰਨਣਾ ਹੈ ਨਿੱਜੀ ਤੌਰ ਤੇ ਇਸ ਦੀ ਕੀਮਤ ਇੱਕ ਖੇਤ ਵਿੱਚ 700 ਰੁਪਏ ਦੀ ਪੈਂਦੀ ਹੈ ਜੇਕਰ ਇੰਨੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਵਧੀਆ ਵਧੀਆ ਸਪਰੇਹਾਂ ਆਪਾਂ ਕਰ ਸਕਦੇ ਹਾਂ ਜੋ ਕਿ ਇੱਕ ਏਕੜ ਵਿੱਚ ਇੰਨੇ ਦੀ ਹੀ ਪਵੇਗੀ ਤੇ ਇਹਨਾਂ ਦਿਨਾਂ ਵਿੱਚ ਇਸ ਸਾਲ ਮੀਂਹ ਵੀ ਕਾਫੀ ਪੈ ਰਹੇ ਹਨ ਪੱਤਾ ਲਪੇਟ ਜਾਂ ਹੋਰ ਬਿਮਾਰੀਆਂ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ ਜੇ ਘਰਾਬੇਗੀ ਤਾਂ ਉਮੀਦ ਨਾਲ ਛੱਡ ਜਾਵੇਗੀ ਇਸ ਕਰਕੇ ਆਪਾਂ ਨੂੰ ਇਹ ਦਵਾਈਆਂ ਨਹੀਂ ਵਰਤਣੀਆਂ ਚਾਹੀਦੀਆਂ ਤੇ 60 ਤੋਂ 65 ਦਿਨਾਂ ਤੇ ਜਦੋਂ ਪੱਤਲਪੇਟ ਤੇ ਗੋਭ ਦੀ ਸੁੰਢੀ ਦਾ ਹਮਲਾ ਜ਼ਿਆਦਾ ਹੁੰਦਾ ਹੈ ਉਦੋਂ ਸਾਨੂੰ ਸਪਰੇਅ ਕਰਨ ਦੇਣੀ ਚਾਹੀਦੀ ਹੈ ਤਾਂ ਜੋ ਆਪਣਾ ਖਰਚ ਵੀ ਘਟਦਾ ਹੈ ਤੇ ਰਿਜ਼ਲਟ ਵੀ ਉਦੋਂ ਵਧੀਆ ਮਿਲਦਾ ਹੈ ਇਸ ਕਰਕੇ ਮੇਰਾ ਮੰਨਣਾ ਹੈ ਕਿ ਚਾਹੇ ਫਟੇਰਾ ਹੋਵੇ ਜਾਂ ਬਟਾਕੋ ਜਾਂ ਕੈਲਟੋਨ ਆਪਾਂ ਨੂੰ ਨਹੀਂ ਵਰਤਣੀ ਚਾਹੀਦੀ ਇੱਕ ਤਾਂ ਇਹ ਜ਼ਹਿਰ ਮਿੱਟੀ ਵਿੱਚ ਰਲ ਕੇ ਅਸਰ ਕਰਦੇ ਹਨ ਤੇ ਆਪਣੇ ਸਰੀਰ ਲਈ ਵੀ ਹਾਨੀਕਾਰਕ ਹੈ ਤੇ ਗਾਹਾਂ ਆਪਣਾ ਖਰਚਾ ਵੀ ਵਧਾਉਂਦੀਆਂ ਨੇ ਬਾਕੀ ਜੇਕਰ ਤੁਸੀਂ ਵਰਤਦੇ ਹੋ ਤਾਂ ਜਰੂਰ ਦੱਸਿਓ ਤੁਹਾਨੂੰ ਇਹਨਾਂ ਦਾ ਕੀ ਫਾਇਦਾ ਹੁੰਦਾ ਹੈ ਜਾਂ ਨਹੀਂ ਬਹੁਤੇ ਲੋਕ ਨਹੀਂ ਵਰਤਦੇ ਤਾਂ ਹੀ ਉਹਨਾਂ ਨੂੰ ਝਾੜ ਪੂਰਾ ਹੀ ਮਿਲਦਾ ਹੈ